ਕਾਪਸ਼ਰੀਏ ਕਾਲਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਨਵੇਂ-ਨਵੇਂ ਡਿਜ਼ਾਈਨ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਬਣਾਈ ਵਿੱਚ ਵੀ ਆ ਬਹੁਤ ਹੀ ਜ਼ਿਆਦਾ ਆਸਾਨ ਤੇ ਬਣ ਕੇ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਸ ਨੂੰ ਆਪਾਂ ਕਿਸੇ ਵੀ ਕਲਰ ਚ ਬਣਾ ਲਓ ਬਹੁਤ ਹੀ ਸੋਹਣਾ ਬਣ ਕੇ ਇਹ ਉੱਭਰ ਕੇ ਜਿਹੜਾ ਸਾਹਮਣੇ ਆਉਂਦਾ ਤੇ ਕਿਸੇ ਵੀ ਪਾਛ ਮਨਾਲੇ ਇਸ ਨੂੰ ਬਣਾ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਆਪਣਾ ਬਣ ਕੇ ਲੱਗਦਾ 6 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਤਿੰਨ ਸਲਾਈਆਂ ਇਸ ਵਿੱਚ ਸੈਂਪਲ ਹੋਣਗੀਆਂ ਤੇ ਤਿੰਨ ਸਲਾਈਆਂ ਤੇ ਡਿਜ਼ਾਈਨ ਪਾਉਗਾ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ। ਲੇਡੀਜ਼ ਕਾਰਡੀਗਨ, ਬਲਾਊਜ਼, গারਲਸ ਸਟੌਪ, ਫਰੌਕ, ਬੇਬੀਜ਼ ਵੈਟਰ, ਬੇਬੀ ਜੈਕਟ। ਕਿਸੇ ਵੀ ਪ੍ਰੋਜੈਕਟ ਤੇ ਪਾਵਾਂਗੇ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਹ। ਮੈਂ ਇਸ ਨੂੰ 10 ਨੰਬਰ ਸਲਾਈਆਂ ਨਾਲ ਬਣਾ ਰਹੀ ਹਾਂ। ਆਪਾਂ ਜਿਹੜੀਆਂ ਸਲਾਈਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ। ਤੇ ਇਹ ਜਿਹੜਾ ਥੋੜਾ ਜਿਹਾ ਡਿਜ਼ਾਈਨ ਹੈ ਮੈਂ ਤੁਹਾਨੂੰ ਦਿਖਾਉਣ ਵਾਸਤੇ ਬਣਾਇਆ ਹੋਇਆ 6 ਸਲਾਈਆਂ ਚ ਇਹ ਆਪਣਾ ਡਿਜ਼ਾਈਨ ਕੰਪਲੀਟ ਹੋਇਆ ਹੈ ਇਹਨਾਂ ਇਹ ਆਪਣੇ ਡਿਜ਼ਾਈਨ ਦੀਆਂ 6 ਸਲਾਈਆਂ ਬਾਰਡਰ ਬਣਾਉਣ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਇਸ ਤਰ੍ਹਾਂ ਆਊਗੀ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਇੱਕ ਕੁੰਡਾ ਜਿਹੜਾ ਤਾਰੂ ਚਾਹੇ ਬਣੋ ਆਪਣੀ ਮਰਜ਼ੀ ਇਹ ਸਾਰੀ ਸਲਾਈ ਆਪਾਂ ਸਿੱਧੀ ਬਣ ਕੇ ਕੰਪਲੀਟ ਕਰ ਲੈਣੀ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਚੱਲਦਾ ਹੈ ਜਿਵੇਂ ਦੋ ਕੁੰਡੇ ਦੋ 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 ਇਸ ਤਰ੍ਹਾਂ ਕਰਕੇ ਜਿੰਨੇ ਵੀ ਆਪਾਂ ਨੂੰ ਕੁੰਡੇ ਚਾਹੀਦੇ ਹੋਣਗੇ ਆਪਾਂ ਰੱਖ ਲੈਣੇ ਮੈਂ ਇਹ 30 ਕੁੰਡੇ ਪਾਏ ਹੋਏ ਆ ਸਾਰੀ ਸਲਾਈ ਆਪਾਂ ਇਹ ਸਿੱਧੀ ਬਣ ਕੇ ਕੰਪਲੀਟ ਕਰਨੀ ਹੈ ਜਿਹੜੀਆਂ ਮੇਰੀਆਂ ਭੈਣਾਂ ਬਣਾਈ ਦਾ ਕੰਮ ਸਿੱਖ ਰਹੀਆਂ ਉਹ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਜਿਹੜਾ ਬਣਾ ਲੈਣਗੀਆਂ ਸਿੱਧੇ ਪਾਸੇ ਤੋਂ ਹੁਣ ਆਪਣੀ ਇੱਕ ਸਲਾਈ ਡਿਜ਼ਾਈਨ ਦੀ ਸਿੱਧੀ ਕੰਪਲੀਟ ਹੋ ਗਈ हूँ आप उल्ट पासे तो दूसरी सिलाई ती उल्टी सिलाई सारी आप उल्टी बन के कंप्लीट करनी ਹੁਣ ਹਲਤੀ ਸਲਾਈ ਆਪਣੀ ਕੰਪਲੀਟ ਹੋ ਗਈ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈ ਹੁਣ ਆਪਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੋਂ ਜਿਹੜੀ ਆਪਣੀ ਤੀਸਰੀ ਸਲਾਈ ਹੈ ਇਹ ਵੀ ਆਪਾਂ ਸਿੱਧੀ ਬਣ ਕੇ ਕੰਪਲੀਟ ਕਰਨੀ ਹੈ ਸਾਰੀ ਕੁੰਡੇ ਆਪਾਂ ਆਪਣੇ ਹਿਸਾਬ ਨਾਲ ਰੱਖਣੇ ਜਿੰਨੇ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਆਪਾਂ ਰੱਖ ਲੈਣੀ ਹੁਣ ਆਪਣੀ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਤੇ ਹੁਣ ਆਪਾਂ ਚੌਥੀ ਸਿਲਾਈ ਤੇ ਉਲਟ ਪਾਸੇ ਤੋਂ ਹੁਣ ਇੱਥੇ ਆਪਣਾ ਜਿਹੜਾ ਡਿਜ਼ਾਈਨ ਸਟਾਰਟ ਹੋਊਗਾ ਚੌਥੀ ਸਿਲਾਈ ਤੇ ਤਿੰਨ ਸਿਲਾਂਗਾ ਸਿੰਪਲ ਤੇ ਤਿੰਨਾ ਤੇ ਆਪਣਾ ਇਹ ਡਿਜ਼ਾਈਨ ਬਣੂਗਾ ਇੱਕ ਕੁੰਡਾ ਆਪਾਂ ਤਾਰ ਲੈਣਾ ਇਸ ਤਰ੍ਹਾਂ ਹੁਣ ਆਪਾਂ 1 2 ਦੋ ਕੁੰਡੇ ਛੱਡ ਕੇ ਇਹ ਆਪਣਾ ਉਲਟ ਪਾਸਾ ਹੈ ਦੋ ਕੁੰਡਾ ਕੁੰਡੇ ਛੱਡ ਕੇ ਵਿਚ ਦੀ ਸਲਾਈ ਕੱਢਣੀ ਹੈ ਇਸ ਤਰ੍ਹਾਂ ਜਿਹੜਾ ਇਹ ਗੈਪ ਹੈ ਇਥੇ ਨਹੀਂ ਵਿਚ ਦੀ ਸਲਾਈ ਕੱਢਣੀ ਆਪਾਂ ਫਿਰ ਇੱਕ ਕੁੰਡਾ ਆਪਾਂ ਬਣਾ ਲੈਣਾ ਕੁੰਡਾ ਆਪਾਂ ਲੂਜ਼ ਰੱਖਣਾ ਫਿਰ ਜਿਹੜੇ ਆਪਣੇ ਇਹ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਆਪਾਂ ਸਲਾਈ ਕੱਢਾਂਗੇ ਇੱਥੋਂ ਦੀ ਫਿਰ ਇੱਕ ਕੁੰਡਾ ਬਣਾਵਾਂਗੇ ਕੁੰਡਾ ਥੋੜਾ ਜਿਹਾ ਲੂਜ਼ ਰੱਖਾਂਗੇ ਫੇਰ ਜਿਹੜੇ ਆਪਣੇ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ। ਤਾਗਾ ਆਪਾਂ ਪਿਛੇ ਰੱਖਣਾ ਆਪਣਾ। ਫੇਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ। ਫੇਰ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਪੈਕ ਬਣਾਵਾਂਗੇ। ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਇਹ ਕੰਪਲੀਟ ਕਰਨੀ ਹੈ ਆਪਣੀ ਫੇਰ ਦੋ ਕੁੰਡੇ ਛੱਡ ਕੇ ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਆਪਾਂ ਇੱਕ ਕੁੰਡੇ ਆਪਾਂ ਥੋੜੇ ਜਿਹਾ ਲੂਜ਼ ਕਰ ਲੈਣੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਫੇਰ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਸਲਾਈ ਛੱਡ ਕੇ ਵਿੱਚ ਦੀ ਇੱਕ ਕੁੰਡਾ ਬਣਾਇਆ ਫੇਰ ਦੋ ਕੁੰਡਿਆਂ ਦਾ ਆਪਾਂ पिछली साइड तो एक कुंडा बनाया फिर दो कुंडे के एक कुंडा बना लूज रखना फिर दो दोड्या पिछली साइड तो एक बना ਫਿਰ ਦੋ ਕੁੰਡੇ ਛੱਡ ਕੇ ਫਿਰ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਫਿਰ ਦੋ ਕੁੰਡੇ ਛੱਡ ਕੇ

ਦੂਜਾ ਕੁੰਡਾ ਬਣਾਵਾਂਗੇ ਆਪਾਂ ਫਿਰ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਜਿਹੜਾ ਆਪਾਂ ਇੱਕ ਬਣਾ ਲੈਣਾ ਫਿਰ ਲਾਸਟ ਵਾਲੇ ਕੁੰਡੇ ਜਿਹੜੀ ਹੁਣ ਆਪਣੀ ਦੋ ਛੱਡ ਕੇ ਇੱਕ ਕੁੰਡਾ ਬਣਾ ਲੈਣਾ ਆਪਾਂ ਫਿਰ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਜਿਹੜਾ ਆਪਾਂ ਇੱਕ ਹੁੰਦਾ ਕਰ ਦੇਣਾ ਲਾਸਟ ਵਾਲਾ ਕੁੰਡਾ ਆਪਣਾ ਚਿੱਦਾ ਹੁਣ ਚਾਰ ਫਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਪੰਜਵੀਂ ਸਲਾਈ ਜਿਹੜੀ ਆਪਣੀ ਸਿੱਧੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਬਣਾਈ ਕਰਾਂਗੇ ਇੱਕ ਕੁੰਡਾ ਆਪਾਂ ਉਤਾਰ ਲੈਣਾ ਜਾਂ ਬਣਾਈ ਕਰ ਲੈਣਾ ਫਿਰ ਆਪਣੇ ਜਿਹੜੇ ਇਹ ਦੋ ਕੁੰਡੇ ਜਿਹੜਾ ਹੁਣ ਆਪਣੇ ਵਿੱਚ ਦੀ ਇਹ ਗੈਪ ਦਿਖਾਈ ਦਿੰਦਾ ਇਹ ਇਸ ਦੇ ਵਿੱਚ ਦੀ ਆਪਾਂ ਕੁੰਡਾ ਬਣਾਉਣਾ ਕੁੰਡਾ ਬਣਾ ਲਿਆ ਆਪਾਂ ਫਿਰ ਜਿਹੜੇ ਹੁਣ ਆਪਣੇ ਇਹ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਆਪਾਂ ਇੱਕ ਕੁੰਡਾ ਬਣਾਵਾਂਗੇ ਜਿਵੇਂ ਆਪਾਂ ਚੌਥੀ ਸਲਾਈ ਕੀਤੀ ਸੇਮ ਉਸੇ ਤਰ੍ਹਾਂ ਹੀ ਬਣਾਉਣੀ ਹੈ ਫਿਰ ਦੋ ਕੁੰਡੇ ਜਿਹੜੇ ਆਪਣੇ ਇਹ ਜੋਟਾ ਛੱਡ ਕੇ ਇਸ ਤਰ੍ਹਾਂ ਜਿਹੜਾ ਆਪਣੇ ਇਹ ਗੈਪ ਦਿਖਾਈ ਦਿੰਦਾ ਬੇਚ ਦੀ ਇੱਕ ਕੁੰਡਾ ਬਣਾਵਾਂਗੇ ਕੁੰਡਾ ਲੋਜ ਰੱਖਾਂਗੇ ਫਿਰ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਾਂ ਦੇਖ ਕਰਾਂਗੇ ਫਿਰ ਦੋ ਕੁੰਡੇ ਛੱਡ ਕੇ ਆਪਣੇ ਇਹ ਸਲਾਈ ਕੱਢ ਕੇ ਆਪਾਂ ਜਿਹੜਾ ਆਪਣਾ ਇਸ ਤਰ੍ਹਾਂ ਗੈਪ ਦਿਖਾਈ ਦਿੰਦਾ ਇਹ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਕਰਾਂਗੇ ਫਿਰ ਉਸੇ ਤਰ੍ਹਾਂ जिमें आप चौथी सिलाई बना बनाई है उम्मी अपनी पांचवी सिलाई है फिर दो कुंडे छड के ਫੇਰ ਦੋ ਕੁੰਡੇ ਛੱਡ ਕੇ ਫੇਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਫਿਰ ਆਪਣੇ ਲਾਸਟ ਵਾਲੇ ਕੁੰਡੇ ਇਹੇ ਲਾਸਟ ਵਾਲਾ ਇੱਕ ਕੁੰਡਾ ਜਿਹੜਾ ਆਪਣਾ ਸਿੱਧਾ ਆਪਣਾਈ ਕਰ ਲਵਾਂਗੇ ਇਸ ਨੂੰ ਪੰਜ ਸਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋਗਣ ਬਹੁਤ ਹੀ ਸੋਹਣਾ ਆਪਣਾ ਡਿਜ਼ਾਈਨ ਬਣ ਕੇ ਆਊਗਾ ਹੁਣ ਆਪਣੀ ਡਿਜ਼ਾਈਨ ਦੀ ਜਿਹੜੀ ਛੇਵੀਂ ਸਲਾਈ ਉਲਟ ਪਾਸੇ ਤੋਂ ਛੇਵੀਂ ਸਲਾਈ ਤੇ ਲਾਸਟ ਸਲਾਈ ਆਪਣੀ ਇੱਕ ਕੁੰਡਾ ਆਪਾਂ ਉਤਾਰ ਲੈਣਾ ਜਾਂ ਬਣਾਈ ਕਰ ਲੈਣਾ ਮੈਂ ਇਸ ਨੂੰ ਉਲਟਾ ਬਣਾਈ ਕਰੂੰਗੀ ਫਿਰ ਆਪਾਂ ਜਿਹੜਾ ਤਾਗਾ ਪਿੱਛੇ ਕਰਾਂਗੇ ਆਪਣਾ ਫਿਰ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਇਹ ਇਹ ਆਪਣੇ ਦੋ ਦੋ ਕੁੰਡੇ ਆ ਜਿਹੜੇ ਪਹਿਲਾ ਕੁੰਡਾ ਆਪਣਾ ਹੈ ਇਹ ਇਹ ਸਿੱਧਾ ਬਣਾਈ ਕਰਾਂਗੇ ਤਾਗਾ ਆਪਾਂ ਪਿੱਛੇ ਹੀ ਰੱਖਾਂਗੇ ਇਹ ਇੱਕ ਕੁੰਡਾ ਆਪਾਂ ਸਲਿੱਪ ਕਰਾਂਗੇ ਇਧਰਲੀ ਸਾਈਡ ਤੋਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਈ ਕਰਦੇ ਉਸ ਤਰ੍ਹਾਂ ਆਪਾਂ ਇਹ ਸਲਿੱਪ ਕਰ ਲੈਣਾ ਤਗਾ ਪਾ ਪਿੱਛੇ ਰੱਖਣਾ ਫਿਰ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਆਪਣਾ ਸਿੱਧਾ ਇੱਕ ਸਲਿੱਪ ਕਰਾਂਗੇ ਇੱਕ ਕੁੰਡਾ ਆਪਣਾ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਤੇ ਲਾਸਟ ਵਾਲਾ ਕੁੰਡਾ ਆਪਣਾ ਉਲਟਾ 6 ਸਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਇਹ ਬਹੁਤ ਹੀ ਸੋਹਣਾ ਆਪਣਾ ਡਿਜ਼ਾਈਨ ਬਣਦਾ ਹੈ। 6 ਸਲਾਈਆਂ ਦਾ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। 3 ਸਲਾਈਆਂ ਤਾਂ ਸਿੰਪਲ ਹੀ ਹੁੰਦੀਆਂ ਤੇ ਤਿੰਨ ਤੇ ਡਿਜ਼ਾਈਨ ਪੈਂਦਾ ਹੈ। ਹੁਣ ਜਦੋਂ ਆਪਾਂ ਆਪਣਾ ਡਿਜ਼ਾਈਨ ਸਟਾਰਟ ਕਰਾਂਗੇ ਅੱਗੇ ਇੱਕ ਸਲਾਈ ਸਿੱਧੀ, ਇੱਕ ਉਲਟੀ, ਇੱਕ ਸਿੱਧੀ, ਫਿਰ ਚੌਥੀ ਸਲਾਈ ਤੇ ਫੇਰ ਡਿਜ਼ਾਈਨ। ਮੈਂ ਥੋੜਾ ਜਿਹਾ ਇਹ ਡਿਜ਼ਾਈਨ ਹੋਰ ਬਣਾ ਲੈਣੀ ਆ 6 ਸਲਾਈਆਂ ਦਾ। ਫਿਰ ਬਣਾ ਕੇ ਤੁਹਾਨੂੰ ਦਿਖਾਵਾਂਗੀ। ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਹੈ ਇਹ ਬੰਦ ਹੈ ਬਹੁਤ ਹੀ ਸੋਹਣਾ ਲੱਗਦਾ ਆਪਣਾ ਡਿਜ਼ਾਈਨ ਇਹ ਬਣ ਕੇ ਜਿਵੇਂ ਜਿਵੇਂ ਆਪਾਂ ਇਸ ਨੂੰ ਬਣਾਉਂਦੇ ਜਾਵਾਂਗੇ ਉਵੇਂ ਇਹ ਜਿਹੜਾ ਹੋਰ ਡਿਜ਼ਾਈਨ ਉੱਭਰ ਕੇ ਸਾਹਮਣੇ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਇਹ ਇਸ ਨੂੰ ਆਪਾਂ ਕਿਸੇ ਵੀ ਕਲਰ ਨਾਲ ਕਿਸੇ ਵੀ ਪਾਚਮ ਨਾਲ ਬਣਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਹ ਮੇਰੀਆਂ ਭੈਣਾਂ ਨੂੰ ਜੇਕਰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਜੋ ਮੈਂ ਤੁਹਾਡੇ ਲਈ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਸਕਾਂ ਧੰਨਵਾਦ